किस तरह एक हवाई जहाज जमीन नूं बिना टच कीते लगातार 2 महीने हवा दे विच उड़दा रहा कि दुपहर दे समय सौण दे नाल हार्ट अटैक यानी कि दिल दे दौरे दा खतरा घटदा है क्यों ए मामूली जे दसण वाले कॉफी दे कप दी कीमत अंबानी दे घर तों ज्यादा है किवें ए 18 साल दे लड़के दे कारण KGF फिल्म सुपर डुपर हिट होई अजिही रोचक तत्थ जानने लई जुड़ो मेरे नाल मैं हां तुहाडा जसप्रीत सिंह तुसीं देख रहे हो जोट टीवी। KGF फिल्म दे एपिक सीन नूं इन्ने वधिया बनाउण दे लई एडिटिंग टीम दा बहुत वड्डा हत्थ है। KGF फिल्म दी एडिटिंग टीम दे विच जिहड़ा मेन बंदा सी ओह सिर्फ 18 सालां दा इक लड़का सी। इस बच्चे दा नाम सी उज्जवल कुलकर्णी। KGF फिल्म नूं इक 18 साल दे बच्चे ने एडिट कीता है। इत्थे आपां कह सकदे हां कि इस फिल्म दे हिट होण दे विच इह बच्चे दा बहुत वड्डा हत्थ है। इस कप की कीमत अंबानी के घर तो भी कितने ज्यादा है। गेम ऑफ थ्रोन फिल्म के एक सीन दे विच गलती दे नाले कप दिखाया गया जिस तो लोगों नूं लग्या कि एक ते स्टारबक दा कप है। जिस तो बाद कप नूं लेके सोशल मीडिया के उपर रीट्वीट होण लगे। इस कप के बारे अखबार ते टीवी चैनलों के उपर दिखाया गया जिस के कारण स्टारबक नूं फ्री दे विच 2 तो 3 बिलियन डॉलर की पबलिकसिटी मिल गई। जेकर स्टारबक अपनी इन्नी वड्डी मशहूरी करता तो इस दे लई उसनूं 2 तो 3 बिलियन डॉलर खर्च करने पैने सन। इत्थे उन्हां दी फ्री दे विच ही इन्नी ज्यादा मशहूरी होगी पर माल की गल तो यह है कि यह कप स्टारबक्स का है भी नहीं सी। दो पायलट ने लगातार 2 महीने एक हवाई जहाज नूं बिना रोके चलाया सी। उन्होंने 2 महीनों दे विच एक बार भी यह जहाज नूं लैंड नहीं किया। जहाज दे विच तेल भरवाउण लई ते खाने दे लई ओह एक ट्रक नूं वरतदे सन जिस दी स्पीड जहाज दी स्पीड दे नाल मैच कीती जांदी सी ते दोवें पायलट जहाज नूं बारी बारी दे नाल चलाउंदे सन। जिवें कि कुछ टाइम दे लई जहाज दे पायलट जॉन आराम करदे सन ते कुछ टाइम दे लई जहाज दे पायलट रॉबर्ट आराम करदे सन। इस तरह उन्होंने बारी बारी लगातार 2 महीने यह जहाज नूं चलाया ते उन्हां दा रिकॉर्ड अज तक भी किसे तों नहीं टुट्टिया। ਇਹ ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਵਿੱਚ ਇੱਕ ਅਜਿਹੀ ਵੀ ਬਾਸਕਟਬਾਲ ਟੀਮ ਸੀ ਜੇਕਰ ਉਹ ਇੱਕ ਵੀ ਮੈਚ ਹਾਰਦੀ ਤਾਂ ਉਹਨਾਂ ਸਾਰਿਆਂ ਨੂੰ ਫਾਂਸੀ ਦੇ ਦਿੱਤੀ ਜਾਣੀ ਸੀ। 1910 ਦੇ ਵਿੱਚ USA ਯਾਨੀ ਕਿ ਅਮਰੀਕਾ ਦੇ ਵਿੱਚ ਇੱਕ ਬਾਸਕਟਬਾਲ ਟੀਮ ਬਣਾਈ ਗਈ ਸੀ। ਇਸ ਟੀਮ ਦੇ ਵਿੱਚ ਜਿੰਨੇ ਵੀ ਖਿਡਾਰੀ ਸਨ ਉਹ ਸਾਰੇ ਕੈਦੀ ਸਨ ਤੇ ਉਹਨਾਂ ਨੂੰ ਪਹਿਲਾਂ ਤੋਂ ਹੀ ਫਾਂਸੀ ਦੀ ਸਜ਼ਾ ਹੋ ਚੁੱਕੀ ਸੀ। ਜੇਕਰ ਉਹ ਇੱਕ ਵੀ ਮੈਚ ਹਾਰਦੇ ਤਾਂ ਉਹਨਾਂ ਸਾਰਿਆਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਣੀ ਸੀ ਪਰ ਕਿਸਮਤ ਦੇ ਨਾਲ ਉਹ ਅੱਗੇ ਤੱਕ ਜਿੱਤਦੇ ਹੀ ਗਏ। ਜੇਕਰ ਤੁਸੀਂ ਵੀ ਦੁਪਹਿਰ ਦੇ ਸਮੇਂ ਸੌਂਦੇ ਹੋ ਤਾਂ ਇਹ ਕਮਾਲ ਦਾ ਫੈਕਟ ਤੁਹਾਡੇ ਲਈ ਹੈ। ਜਿਹੜੇ ਲੋਕ ਦੁਪਹਿਰ ਦੇ ਸਮੇਂ ਸੌਂਦੇ ਨੇ ਉਹ ਜ਼ਿਆਦਾ ਕ੍ਰੀਏਟਿਵ ਤੇ ਜ਼ਿਆਦਾ ਫੋਕਸ ਹੁੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਤੇ ਇਹ ਲੋਕਾਂ ਨੂੰ ਹਾਰਟ ਅਟੈਕ ਆਉਣ ਦਾ ਚਾਂਸ ਦੂਜੇ ਲੋਕਾਂ ਦੇ ਨਾਲੋਂ ਕਾਫੀ ਜ਼ਿਆਦਾ ਘੱਟ ਹੁੰਦਾ ਹੈ। ਪਰ ਇੱਥੇ ਦੁਪਹਿਰ ਦੇ ਵਿੱਚ ਸੌਣ ਦਾ ਮਤਲਬ ਇਹ ਵੀ ਨਹੀਂ ਹੈ ਕਿ ਤੁਸੀਂ 3 ਤੋਂ 4 ਘੰਟੇ ਦੁਪਹਿਰੇ ਸੁੱਤੇ ਹੀ ਰਹੋ। ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਵਿੱਚ ਇੱਕ ਅਜਿਹਾ ਰੰਗ ਜਾਂ ਕਈ ਕਲਰ ਵੀ ਹੈ ਜਿਹੜਾ ਕਿਸੇ ਨੂੰ ਦਿਸਦਾ ਨਹੀਂ। ਡਿਜ਼ਨੀ ਆਪਣੇ ਡਿਜ਼ਨੀ ਪਾਰਕ ਦੇ ਵਿੱਚ ਇਹ ਰੰਗ ਨੂੰ ਵਰਤਦਾ ਹੈ ਤੇ ਉਹ ਇਸ ਦੇ ਨਾਲ ਚੀਜ਼ਾਂ ਨੂੰ ਲੁਕਾਉਂਦੇ ਹਨ। ਡਿਜ਼ਨੀਲੈਂਡ ਦੇ ਵਿੱਚ ਜਿਹੜੀਆਂ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ ਉਹ ਉਸ ਦੇ ਉੱਪਰ ਇਹ ਰੰਗ ਨੂੰ ਲਗਾ ਦਿੰਦੇ ਨੇ। ਡਿਜ਼ਨੀ ਵਾਲਿਆਂ ਦਾ ਮੰਨਣਾ ਹੈ ਕਿ ਇਹ ਰੰਗ ਦੇ ਉੱਪਰ ਕਿਸੇ ਦਾ ਧਿਆਨ ਨਹੀਂ ਜਾਂਦਾ ਤੇ ਲੋਕ ਇਹ ਖਰਾਬ ਹੋਈਆਂ ਚੀਜ਼ਾਂ ਨੂੰ ਨੋਟਿਸ ਨਹੀਂ ਕਰਦੇ। ਅਮਰੀਕਾ ਦੇ ਵਿੱਚ ਰਹਿਣ ਵਾਲੇ ਇੱਕ ਇਨਸਾਨ ਨੇ ਪੂਰੇ ਅਮਰੀਕਾ ਦੇ ਨਾਲ ਇੱਕ ਬਹੁਤ ਵੱਡਾ ਮਜ਼ਾਕ ਜਾਂ ਕਹੀਏ ਫ੍ਰੈਂਕ ਕੀਤਾ ਸੀ। ਫਲੋਰੀਡਾ ਦੇ ਵਿੱਚ ਰਹਿਣ ਵਾਲੇ ਇਸ ਆਦਮੀ ਨੇ 12 ਕਿਲੋ ਦੇ 3 ਉਂਗਲਾਂ ਵਾਲੇ ਬੂਟ ਬਣਾਏ ਸਨ ਤੇ ਇਹਨਾਂ ਬੂਟਾਂ ਨੂੰ ਪਾ ਕੇ ਉਸਨੇ ਫਲੋਰੀਡਾ ਦੇ ਬੀਚ ਦੇ ਉੱਪਰ ਰਾਤ ਨੂੰ ਗੇੜਾ ਕੱਢਿਆ। ਅਗਲੇ ਦਿਨ ਜਦੋਂ ਲੋਕਾਂ ਨੇ ਬੀਚ ਦੇ ਉੱਪਰ ਇਹ ਪੈਰਾਂ ਦੇ ਨਿਸ਼ਾਨ ਦੇਖੇ ਤਾਂ ਉਹਨਾਂ ਨੂੰ ਲੱਗਿਆ ਕਿ ਰਾਤ ਨੂੰ ਕੋਈ ਅਜੀਬ ਕਿਸਮ ਦਾ ਜਾਨਵਰ ਬੀਚ ਦੇ ਉੱਪਰ ਆਇਆ ਹੋਵੇਗਾ। ਇਸ ਆਦਮੀ ਨੇ ਲਗਾਤਾਰ 10 ਸਾਲ ਅਜਿਹਾ ਕੀਤਾ ਤੇ ਇਹ ਚੀਜ਼ ਪੂਰੇ ਫਲੋਰੀਡਾ ਦੇ ਵਿੱਚ ਮਸ਼ਹੂਰ ਹੋ ਗਈ ਤੇ ਲੋਕ ਦੂਰੋਂ ਦੂਰੋਂ ਇਹ ਫੋਟੋ ਸਟੈਪ ਯਾਨੀ ਕਿ ਪੈਰਾਂ ਦੇ ਨਿਸ਼ਾਨ ਦੇਖਣ ਫਲੋਰੀਡਾ ਆਉਣ ਲੱਗੇ ਤੇ ਕਈ ਲੋਕਾਂ ਨੇ ਜਾਨਵਰ ਨੂੰ ਲੱਭਣ ਦੀ ਕੋਸ਼ਿਸ਼ ਵੀ ਕੀਤੀ ਪਰ ਇਸ ਦੇ 40 ਸਾਲਾਂ ਬਾਅਦ ਇਹ ਇਨਸਾਨ ਨੇ ਸਾਰਿਆਂ ਨੂੰ ਦੱਸ ਦਿੱਤਾ ਕਿ ਬੀਚ ਦੇ ਉੱਪਰ ਜਿਹੜੇ ਨਿਸ਼ਾਨ ਬਣਦੇ ਸਨ ਉਹ ਮੈਂ ਹੀ ਬਣਾਉਂਦਾ ਸੀ। ਨਾਰਮਲ ਦੇਸ਼ਾਂ ਦੇ ਵਿੱਚ ਵੈਂਡਿੰਗ ਮਸ਼ੀਨ, ਕੋਲਡ ਡਰਿੰਕ, ਕੁਰਕਰੇ ਜਾਂ ਲੇਜ਼ ਵਗੈਰਾ ਲੈਣ ਦੇ ਲਈ ਹੁੰਦੀਆਂ ਹਨ ਪਰ ਜਾਪਾਨ ਦੇ ਵਿੱਚ ਵੈਂਡਿੰਗ ਮਸ਼ੀਨ ਇੰਨੀਆਂ ਜ਼ਿਆਦਾ ਹਨ ਕਿ ਤੁਹਾਨੂੰ ਇੱਥੇ ਸਭ ਕੁਝ ਵੈਂਡਿੰਗ ਮਸ਼ੀਨ ਦੇ ਵਿੱਚ ਮਿਲ ਜਾਵੇਗਾ। ਜਾਪਾਨ ਦੇ ਵਿੱਚ ਤੁਸੀਂ ਵੈਂਡਿੰਗ ਮਸ਼ੀਨ ਦੇ ਵਿੱਚੋਂ ਕੰਪਿਊਟਰ ਦੇ CPU ਤੱਕ ਵੀ ਖਰੀਦ ਸਕਦੇ ਹੋ ਜਿਹੜੇ ਕਿ ਲੱਖਾਂ ਰੁਪਏ ਦੇ ਹੁੰਦੇ ਹਨ ਤੇ ਜਾਪਾਨ ਦੇ ਵਿੱਚ ਕੁਝ ਥਾਵਾਂ ਤੇ ਤੁਸੀਂ ਵੈਂਡਿੰਗ ਮਸ਼ੀਨ ਰਾਹੀਂ ਪੈਟਸ ਯਾਨੀ ਕਿ ਕਤੂਰਿਆਂ ਨੂੰ ਵੀ ਖਰੀਦ ਸਕਦੇ ਹੋ। ਇੰਡੀਆ ਦੇ ਵਿੱਚ ਰਹਿਣ ਵਾਲੇ ਇਹ ਇਨਸਾਨ ਨੂੰ ਫੁੱਲਾਂ ਤੇ ਬੂਟਿਆਂ ਦਾ ਕਾਫੀ ਜ਼ਿਆਦਾ ਸ਼ੌਂਕ ਸੀ। ਇਸ ਲਈ ਇਸਨੇ ਆਪਣੇ ਆਟੋ ਦੇ ਉੱਪਰ ਘਾਹ ਨੂੰ ਉਗਾਇਆ ਹੋਇਆ ਹੈ ਤੇ ਆਟੋ ਦੇ ਆਲੇ ਦੁਆਲੇ ਇਸਨੇ ਫੁੱਲਾਂ ਬੂਟਿਆਂ ਵਾਲੇ ਗਮਲਿਆਂ ਨੂੰ ਲਗਾਇਆ ਹੋਇਆ ਹੈ। ਕਈ ਲੋਕ ਆਪਣੇ ਬੱਚੇ ਨੂੰ ਬੇਬੀ ਸਿਟਰ ਦੇ ਨਾਲ ਛੱਡ ਜਾਂਦੇ ਨੇ ਪਰ ਇਹ ਹਮੇਸ਼ਾ ਸੇਫ ਨਹੀਂ ਹੁੰਦਾ। ਹਾਲ ਹੀ ਦੇ ਵਿੱਚ ਇੱਕ ਬੇਬੀ ਸਿਟਰ ਨੇ ਇੱਕ 4 ਸਾਲ ਦੇ ਬੱਚੇ ਨੂੰ ਵਾਸ਼ਿੰਗ ਮਸ਼ੀਨ ਦੇ ਵਿੱਚ ਬੰਦ ਕਰਕੇ ਵਾਸ਼ਿੰਗ ਮਸ਼ੀਨ ਚਲਾ ਦਿੱਤੀ। ਜਦੋਂ ਇਹ ਬੱਚੇ ਨੂੰ ਉਸਨੇ ਵਾਸ਼ਿੰਗ ਮਸ਼ੀਨ ਦੇ ਵਿੱਚੋਂ ਬਾਹਰ ਕੱਢਿਆ ਤਾਂ ਇਹ ਬੱਚੇ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਸੀ ਪਰ ਕਿਸਮਤ ਦੇ ਨਾਲ ਇਹ ਜਿਉਂਦਾ ਬਚ ਗਿਆ। ਤੁਹਾਡੇ ਨਾਲ ਕਦੇ ਨਾ ਕਦੇ ਤਾਂ ਅਜਿਹਾ ਜ਼ਰੂਰ ਹੋਇਆ ਹੋਵੇਗਾ ਕਿ ਜਦੋਂ ਤੁਸੀਂ ਇਮੋਸ਼ਨਲ ਹੁੰਦੇ ਹੋ ਤਾਂ ਤੁਸੀਂ ਆਪਣੇ ਹੰਝੂਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋ ਤੇ ਜੇਕਰ ਉਸੇ ਟਾਈਮ ਹੀ ਤੁਹਾਨੂੰ ਕੋਈ ਆ ਕੇ ਕੋਈ ਪੁੱਛ ਲਵੇ ਕਿ ਤੁਸੀਂ ਠੀਕ ਹੋ ਤਾਂ ਤੁਸੀਂ ਚਾਹ ਕੇ ਵੀ ਆਪਣੇ ਹੰਝੂਆਂ ਨੂੰ ਨਹੀਂ ਰੋਕ ਪਾਉਂਦੇ ਤੇ ਤੁਸੀਂ ਰੋਣ ਲੱਗ ਜਾਂਦੇ ਹੋ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਅਰਦਾਸ ਹੁੰਨੇ ਹਾਂ ਤੇ ਉਹਨਾਂ ਨੂੰ ਭੁੱਲਣ ਦੀ ਕੋਸ਼ਿਸ਼ ਕਰ ਰਹੇ ਹੁੰਨੇ ਹਾਂ ਤੇ ਅਜਿਹੇ ਸਮੇਂ ਹੀ ਆ ਕੇ ਜੇਕਰ ਤੁਹਾਨੂੰ ਕੋਈ ਪੁੱਛ ਲੈਂਦਾ ਹੈ ਕਿ ਤੁਸੀਂ ਠੀਕ ਹੋ ਤਾਂ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਫਿਰ ਤੋਂ ਯਾਦ ਆ ਜਾਂਦੀਆਂ ਨੇ ਤੇ ਤੁਸੀਂ ਚਾਹ ਕੇ ਵੀ ਆਪਣੇ ਹੰਝੂ ਨਹੀਂ ਰੋਕ ਪਾਉਂਦੇ।
इंडिया की एक IIT कंपनी हर साल अपने वर्करां नूं BMW गिफ्ट करती है जिसकी कीमत लगभग 1 करोड़ है। यह सिर्फ उन्हां वर्करां नूं ही कार गिफ्ट करती है जिहड़े पूरी साल इमानदारी दे नाल कंपनी दा काम करते हैं ते उन्हां दे काम दे नाल कंपनी नूं कितना मुनाफा होया है। गोल यानी कि राउंड चीज़ों नूं पैक करना काफ़ी ज़्यादा औखा हुंदा है। ज़्यादातर फल ते सब्जियां गोल यानी कि राउंड ही हुंदियां हन। इसलिए साउथ कोरिया दे विच इन्हां फलां नूं आर्टिफिशियल पैक दे राहीं चौरस यानी कि स्क्वेयर उगाया जाता है। जदों फ्रूट काफ़ी ज़्यादा छोटा हुंदा है तां उसे टाइम ही उसके उपर एक प्लास्टिक का कवर लगा दिता जाता है। इस तरह जदों इह फ्रूट वड्डा हुंदा है तां अपने आप ही चौरस या कहीए स्क्वेयर आकार का बन जाता है। इस तरह साउथ कोरिया अपनी पैकिंग की प्रॉब्लम नूं सॉल्व करता है। कई लोगों को रात को सोने में प्रॉब्लम आती है यानी कि उन्होंने रात को चंगी तरह के नाते जल्दी नींद नहीं आती। हुणे हुई एक रिसर्च के विच यह पता लग गया है कि जिन्हां लोगों को यह प्रॉब्लम है वो कोई भी इलैक्ट्रॉनिक चीज़ एक हफ्ते तक बिल्कुल ना वरतन ते बाहर किसी जगह के उपर जाके कैंपिंग करन। अजिहा करन दे नाल इन्हां लोगों का सौण का शेड्यूल बिल्कुल सही हो जाएगा। मतलब कि रात होंदिया ही तुहानू नींद आ जाया करेगी ते सुबह होंदिया ही तुहाडी अख अपने आप खुल जाया करेगी। जेकर तुसीं आयरन मैन 2 फिल्म देखी है तो तुसीं इस दे विच ओह सीन देखिया होगा जदों आयरन मैन एक मैप के सामने खड़ा हुंदा है। यह मैप अफ्रीका का है। इस मैप के विच आयरन मैन जिहड़ी जगह नूं पॉइंट करता है वह जगह का नाम है वकांडा। जेकर तुसीं मार्वल मूवीज़ के फैन हो तो तुहानूं पता ही होगा कि वकांडा कितनी महत्वपूर्ण जगह है। आयरन मैन 2 तो पहला कदे भी इस जगह का जिक्र नहीं किया गया सी। यह एक साइकोलॉजिकल फैक्ट है कि जेकर तुसीं हरी भरी जगह के उपर घूमन जाते हो तो तुहाडी टेंशन घट जाती है। जेम्स बॉन्ड फिल्म के हीरो रॉजर मोरे ने जेम्स बॉन्ड फिल्म के अगे जेम्स बॉन्ड का रोल निभाने तो मना कर दिता सी। जो उन्होंने तो पूछा गया कि उन्होंने अजिहा क्यों किया तो उन्होंने जवाब दिता, उन्होंने कहा कि मेरी उम्र 50 साल तो ज़्यादा हो चुकी है तो जेम्स बॉन्ड फिल्म के जिहड़ी भी एक्ट्रेस होंगी है उसकी उम्र 20 साल के नेड़े तेड़े होंगी है। जानी कि इन्होंने अपोजिट जी एक्ट्रेस होगी वो इन्हों की पोती की उम्र की होगी। यह गल उन्होंने काफ़ी ज़्यादा अजीब लगती है तो यही कारण करके उन्होंने जेम्स बॉन्ड फिल्म के अगे के रोल करने मना कर दिता सी। साढ़े सारिया के फोन के जोड़ा बैटरी का निशान होंदा है वह हमेशा फोन के सज्जे पासे होंदा है। इसके पिछे कोई खास कारण नहीं है पर जो फोन पहली बार लॉन्च किया गया सी, उस टाइम भी बैटरी का निशान फोन के सज्जे पासे ही सी। उस समय फोन के सज्जे पासे पहला टाइम आता सी, उस दे नाल बैटरी का निशान आता सी। बाद मोबाइल फोन के टाइम खब्बे पासे कर दिता गया तो बैटरी के निशान सज्जे पासे ही रखिया। इस तो बाद जो स्मार्टफोन से सैल्फी फोन आने लगे तो कैमरे को खब्बे पासे कर दिता गया तो बैटरी फिर तो सज्जे पासे ही रखा गया क्योंकि खब्बी साइड कैमरा होने करके फोटो खिंचनी काफ़ी ज़्यादा सौखी होंगी है। इस हांजी जिस दुनिया के आप रहने उसके बारे कुछ रोचक तत्व साड़ी वीडियो कि लगी कमेंट करके जरूर दसना। हमारे YouTube के चैनल जो टीम जरूर सबसक्राइब करना, फेसबुक के पेज जो टीम जरूर फॉलो करना।